ਇੱਕ ਵਾਰ ਪੰਜਾਬੀ ਸਿਨੇਮਾ ਆਪਣੇ ਆਖਰੀ ਸਾਹਾਂ ਤੇ ਆ ਗਿਆ ਸੀ। ਇਸ ਖੇਤਰ ਨਾਲ ਜੁੜੇ ਕਲਾਕਾਰਾਂ ਨੇ ਵੀ ਮੂੰਹ ਫੇਰ ਲਏ ਸਨ, ਪਰੰਤੂ ਪਿਛਲੇ ਕੁਝ ਸਾਲਾਂ ਵਿੱਚ ਚੰਗੇ ਬਜਟ ਤੇ ਵਧੀਆ ਵਿਸ਼ਿਆਂ ਨੂੰ ਲੈ ਕੇ ਬਣਾਈਆਂ ਪੰਜਾਬੀ ਫਿਲਮਾਂ ਨੇ ਜਿੱਥੇ ਚੰਗਾ ਬਿਜ਼ਨਸ ਕੀਤਾ ਉੱਥੇ ਸਰੋਤਿਆਂ ਦੀ ਉਮੀਦਾਂ ਤੇ ਵੀ ਖਰੀਆਂ ਉਤਰੀਆਂ। ਹਾਲ ਹੀ ਵਿੱਚ ਗੰਭੀਰ ਵਿਸ਼ੇ ਕੰਨਿਆ ਭਰੂਣ ਹੱਤਿਆ ਨੂੰ ਲੈ ਕੇ ਸੇਤਿਆਂ ਮੂਵੀਜ਼ ਵੱਲੋਂ ਪੰਜਾਬੀ ਟੈਲੀਫਿਲਮ ਚੀਖ ਬਣਾਈ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਕੋਟ ਗੰਗੂਰਾਏ ਦੇ ਏਰੀਏ ਅਤੇ ਖੰਨਾ ਅਤੇ ਸਮਰਾਲਾ ਵਿੱਚ ਮੁਕੰਮਲ ਹੋ ਰਹੀ ਹੈ। ਫਿਲਮ ਦੇ PRO ਸ਼੍ਰੀ ਨਾਨਕ ਮਹਿਤਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਅਤੇ ਥੀਏਟਰ ਦੇ ਕਲਾਕਾਰ ਮਾਸਟਰ ਮੋਹਨ ਲਾਲ ਇੱਕ ਰਿਟਾਇਰ ਅਧਿਆਪਕ ਅਤੇ ਸਮਾਜ ਸੇਵੀ ਦਾ ਕਿਰਦਾਰ ਨਿਭਾ ਰਹੇ ਹਨ। ਮੰਤਰੀ ਨੇ ਰਾਜਨੀਤਿਕ ਸਕੱਤਰ ਸ਼੍ਰੀ ਰਾਜਨ ਸ਼ਿਬਰ ਖੰਨਾ ਅਨੁਸਾਰ ਜਦੋਂ ਮਾਸਟਰ ਮੋਹਨ ਲਾਲ ਜੀ ਨੇ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਤਾਂ ਉਹਨਾਂ ਤੋਂ ਰਿਹਾ ਨਾ ਗਿਆ ਅਤੇ ਉਹਨਾਂ ਨੇ ਤੁਰੰਤ ਰੋਲ ਕਰਨ ਲਈ ਹਾਂ ਕਰ ਦਿੱਤੀ। ਫਿਲਮ ਦੇ ਪ੍ਰੋਡਿਊਸਰ ਸਰਦਾਰ ਪਰਮਜੀਤ ਸਿੰਘ ਸੇਤੀਆ ਨੇ ਪਿੰਡ ਕੋਟ ਗੰਗੂ ਰਾਏ ਦੇ ਸਰਦਾਰ ਭਜਨ ਸਿੰਘ ਕੂਨਰ, ਸਰਦਾਰ ਨਾਜਰ ਸਿੰਘ ਕੂਨਰ USA ਅਤੇ ਗੁਰੂ ਨਾਨਕ ਸਪੋਰਟਸ ਕਲੱਬ ਕੋਟ ਗੰਗੂ ਰਾਏ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਸਮੇਤ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਹ ਫਿਲਮ ਬਣਾਉਣ ਦੀ ਪ੍ਰੇਰਣਾ ਉਹਨਾਂ ਨੂੰ ਖੰਨਾ ਵਿਖੇ ਹੋਏ ਭਰੂਣ ਹੱਤਿਆ ਖਿਲਾਫ਼ ਉਸ ਰਾਜ ਪੱਧਰੀ ਸਮਾਗਮ ਤੋਂ ਮਿਲੀ ਜੋ ਮਾਣਯੋਗ ਚੀਫ ਜਸਟਿਸ ਸ਼੍ਰੀ ਵਜਿੰਦਰ ਜੈਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਸੀ। ਸ਼ੂਟਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਫਿਲਮ ਚੀਖ ਨੂੰ ਇੰਡੀਆ ਤੋਂ ਇਲਾਵਾ ਕੈਨੇਡਾ, ਅਮੈਰੀਕਾ, ਇੰਗਲੈਂਡ, ਜਰਮਨੀ, ਇਟਲੀ, ਆਸਟ੍ਰੇਲੀਆ, ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਉਹਨਾਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ ਜੋ ਅਕਸਰ ਸਾਡੇ ਸਮਾਜ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਅਖੀਰ ਵਿੱਚ ਪ੍ਰੋਡਕਸ਼ਨ ਇੰਚਾਰਜ ਧਿਆਨ ਸਿੰਘ ਰਾਏ ਨੇ ਦੱਸਿਆ, ਵੈਸੇ ਤਾਂ ਆਮ ਜਿਹੜਾ ਪੰਜਾਬ ਦੇ ਵਿੱਚ ਟ੍ਰੈਂਡ ਚੱਲ ਰਿਹਾ ਉਹ ਕਮੇਡੀ ਫਿਲਮਾਂ ਦਾ ਹੈ ਜ਼ਿਆਦਾ, ਜਿਹੜੀਆਂ ਟੈਲੀਫਿਲਮਾਂ ਬਣ ਰਹੀਆਂ, ਪਰ ਸਾਡੇ ਦਿਮਾਗ 'ਚ ਸੀਗਾ ਅਸੀਂ ਕੁਛ ਅੱਛਾ ਕਰੀਏ ਇਸ ਖੇਤਰ ਦੇ ਵਿੱਚ, ਤਾਂ ਸਾਡੇ ਕੋਲ ਆਈਡੀਆ ਆ ਇੱਕ ਵੀ ਭਰੂਣ ਹੱਤਿਆ 'ਤੇ ਉਹ ਕੰਮ ਕਰੀਏ ਜੋ ਹੁਣ ਤੱਕ ਨਹੀਂ ਹੋਇਆ, ਤਾਂ ਉਸ ਵਿਸ਼ੇ ਨੂੰ ਲੈ ਕੇ ਅਸੀਂ ਸਕ੍ਰਿਪਟ ਲਿਖਵਾਈ। ਮਾਸਟਰ ਤਰਲੋਚਨ ਸਿੰਘ ਜੀ ਨੇ ਬੜੇ ਅੱਛੇ ਲੇਖਕ ਨੇ, ਉਹਨਾਂ ਨੇ ਸਕ੍ਰਿਪਟ ਲਿਖੀ ਔਰ ਅਸੀਂ ਇਸ ਫਿਲਮ ਨੂੰ ਤਿਆਰ ਕਰਨ ਦਾ ਜਿਹੜਾ ਤਹੀਆ ਕੀਤਾ ਉਹਦੇ ਵਿੱਚ ਅੱਗੇ ਅੱਗੇ ਸਬੱਬ ਜੁੜਦਾ ਗਿਆ, ਜਿਸ ਤਰ੍ਹਾਂ ਸਾਰੇ ਅੱਛੇ ਕਲਾਕਾਰ ਅਸੀਂ ਲਏ ਨੇ, ਮੈਡਮ ਨਿਰਮਲ ਰਿਸ਼ੀ, ਅਨੀਤਾ ਮੀਤ, ਪ੍ਰਦੀਪ ਬਰਾੜ ਔਰ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਦੇ ਨਾਲ ਜੁੜੇ ਹੋਏ ਕਲਾਕਾਰ ਨੇ, ਉਹਨਾਂ ਨੇ ਇਹਦੇ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਈ ਹੈ ਔਰ ਇਸ ਦੇ ਨਾਲ ਮੈਨੂੰ ਇਹ ਦੱਸਦੇ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਜੀ, ਉਹਨਾਂ ਦੀ ਮੁੱਖ ਭੂਮਿਕਾ ਇਸ ਫਿਲਮ ਦੇ ਵਿੱਚ ਹੈਗੀ ਹੈ, ਉਹ ਇੱਕ ਰਿਟਾਇਰ ਅਧਿਆਪਕ ਦਾ ਜਿਹੜਾ ਕਿਰਦਾਰ ਨਿਭਾ ਰਹੇ ਨੇ ਔਰ ਭਾਵੇਂ ਕਿ ਫਿਲਮ ਹਜੇ ਮਾਰਕੀਟ ਵਿੱਚ ਨਹੀਂ ਆਈ, ਥੋੜ੍ਹਾ ਟਾਈਮ ਲੱਗੂਗਾ, ਪਰ ਜੋ ਮੀਡੀਆ ਦੇ ਵਿੱਚ ਜਾਂ ਚਰਚਾ ਹੋ ਰਹੀ ਹੈ ਆਮ ਲੋਕਾਂ ਦੇ ਵਿੱਚ, ਉਹ ਤੋਂ ਸਾਨੂੰ ਲੱਗ ਰਿਹਾ ਵੀ ਇਹ ਫਿਲਮ ਬਾਕੀ ਲੋਕ ਪਸੰਦ ਕਰਨਗੇ, ਕਿਉਂਕਿ ਚੰਗੇ ਮਾੜੇ ਦੀ ਕਦਰ ਸਾਡੇ ਲੋਕਾਂ ਨੂੰ ਹੈ ਔਰ ਜਿਹੜੀ ਅਸੀਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਸਰਦਾਰ ਪਰਮਜੀਤ ਸਿੰਘ ਸੇਤੀਆ ਮੂਵੀਜ਼ ਦੇ ਜੋ ਓਨਰ ਨੇ, ਪ੍ਰੋਡਿਊਸਰ ਨੇ ਇਸ ਫਿਲਮ ਦੇ, ਉਹਨਾਂ ਦੀ ਵੀ ਬਹੁਤ ਵੱਡੀ ਇਹ ਦੇਣ ਹੈਗੀ ਹੈ ਔਰ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਸ਼੍ਰੀ ਲੱਖਾ ਲਹਿਰੀ ਜੀ, ਰਾਕੇਸ਼ ਜੀ ਅਤੇ ਫਿਲਮ ਦੇ PRO ਨਾਨਕ ਮਹਿਤਾ ਜੀ, ਸਾਰੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਵਿੱਚ ਕੰਮ ਕੀਤਾ। ਸਾਨੂੰ ਉਮੀਦ ਹੈ ਇਹ ਫਿਲਮ ਜਿਹੜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੂਗੀ ਔਰ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੂ। ਧੰਨਵਾਦ। ਬਿਊਰੋ ਰਿਪੋਰਟ, ਆਪਣਾ ਪੰਜਾਬ, ਕੋਟ ਗੰਗੂ ਰਾਏ।